ਤੁਸੀਂ ਦੇਖ ਰਹੇ ਹੋ ਸਾਂਝੀ ਵੀ ਨਿਊਜ਼ ਪੋਰਟਲ। श्री हजूर साहब यात्रा ते गए श्रद्धालु लगभग एक महीने बाद पंजाब च वापस अपने घरां च परते हन, जिस नाल सिख संगता च खुशी दी लहर पाई गई। ए श्रद्धालु मार्च महीने महाराष्ट्र च तख्त श्री हजूर साहब गुरु घर गए सन, पर अचानक होए लॉकडाउन कारण उत्थे ही फस गए सन। इन्हां श्रद्धालुओं दी घर वापसी लई मुख्यमंत्री ने लगातार भारत सरकार ते महाराष्ट्र सूबा सरकार नाल राबता करके इन्हां नूं सुरक्षित वापस लिआउण दा प्रबंध कीता सी। इस तों इलावा इन्हां 8 बसां ने जिन्हां सूबिआं दे रस्ते आउणा सी उन्हां नाल वी मुकम्मल तालमेल किया गया, तां जो रस्ते विच इन्हां श्रद्धालुओं नूं कोई दिक्कत ना आवे। मोगा प्रशासन वल्लों श्रद्धालुओं दा मैडिकल चैकअप किया गया ते श्रद्धालुओं नूं नाश्ता, पानी, मास्क अते सैनिटाइजर दिते गए, जबकि बठिंडा जिले दे 21 नागरिकां नूं सीधे एकांतवास केंद्र विच लिजाया गया, जिथे इन्हां दी मुकम्मल मैडिकल जांच होवेगी अते सारे मैडिकल नियमां दी पालना तों बाद ही इन्हां नूं घर भेजा जाएगा। इस मौके नायब तहसीलदार मलूक सिंह ने कहा कि इन्हां श्रद्धालुओं दे टैसट पहला डब्बाली किते, हुण मोगा जिले दे बागा पुराणा टेस्ट किए, अते हुण इन्हां नूं एकांतवास च रहण लई कहा गया कि घरों बाहर नहीं जाना अते दूरी बना के रखनी है। संगत गई सी हजूर साहब 16 मार्च नूं इत्थों गए सीगे, जिहड़े कि उत्थों 20 तक पहुंच गए सीगे हजूर साहब जी। उस तों बाद लॉकडाउन करके उत्थे फस गए, जिहड़ी पंजाब सरकार ने मतलब हुण इत्थे इन्हां वापस लिआंदा है। इन्हां विच्चों जिहड़े 16 व्यक्ति अज इत्थे आए ने ते 5 व्यक्ति आ उह बाकी ट्राली दे आ रहे आ। इह कित्थों दे सन व्यक्ति जिहड़े गए जी? इन्हां विच्चों 16 ने, इह 13 हैगे पिंड दाते वाल दे, 2 गलोटी दे, ਇੱਕ ਤਲਵੰਡੀ ਨੂੰ ਵਰਦਾ, ਜਿਹੜੇ 5 ਟਰਾਲੀ ਦੇ ਆ ਰਹੇ ਪਿੱਛੋਂ ਉਹ ਵੀ ਪਿੰਡ ਦਾਤੇ ਵਾਲਦੇ ਨੇ। ਸਰ ਇਹਨਾਂ ਦਾ ਕੋਈ ਮੈਡੀਕਲ ਚੈੱਕਅਪ ਕਰਾ ਕੇ ਇਹਨਾਂ ਨੂੰ ਭੇਜਿਆ ਗਿਆ ਕਿ ਇੱਥੇ ਕੀਤਾ ਇਹਨਾਂ ਦਾ ਕੋਈ? ਨਹੀਂ, ਇਹਨਾਂ ਦਾ ਮੈਡੀਕਲ ਚੈੱਕਅਪ ਉੱਥੇ ਵੀ ਹੋਇਆ ਹੈ ਅਤੇ ਇੱਥੇ ਵੀ ਕਰਾਇਆ ਜਦੋਂ ਬਾਰਡਰ 'ਚ ਐਂਟਰ ਹੋਏ ਨੇ ਪੰਜਾਬ 'ਚ ਅਤੇ ਡੱਬ ਵਾਲੀ ਉੱਥੇ ਉਹਨਾਂ ਮਤਲਬ ਹੋਇਆ ਮੈਡੀਕਲ। ਹੁਣ ਇੱਥੇ ਇਹਨਾਂ ਫਿਰ ਟੈਸਟ ਕੀਤਾ ਗਿਆ ਹੈ ਇਹ ਬਾਘਾ ਪੁਰਾਣਾ ਵਿਖੇ, ਜਿਹਦੀ ਰਿਪੋਰਟ ਬਾਅਦ 'ਚ ਆਵੇਗੀ। ਹੁਣ ਇਹਨਾਂ ਨੂੰ ਸਿੱਧਾ ਘਰੇ ਭੇਜਿਆ ਜਾਏਗਾ ਕਿ ਕਿਤੇ ਇਕਾਂਤਵਾਸ ਵਿੱਚ ਜਾਂ ਕਿਤੇ ਰੱਖਿਆ ਜਾਏਗਾ ਜੀ? ਘਰੇ ਇਕਾਂਤਵਾਸ 'ਚ ਰੱਖਿਆ ਜਾਊਗਾ ਇਹਨਾਂ ਨੂੰ। ਹੁਣ ਇਹਨਾਂ ਅਪੀਲ ਇਹੋ ਕਰਦੇ ਆ ਵੀ ਘਰੇ ਜਾ ਕੇ ਆਪਣੇ ਘਰੇ ਹੀ ਰਹਿਣਾ ਹੈ, ਘਰੋਂ ਬਾਹਰ ਨਹੀਂ ਨਿਕਲਣਾ, ਠੀਕ ਆ? ਜੇ ਬਾਹਰ ਨਿਕਲਣਾ ਵੀ ਆ ਮੂੰਹ ਢੱਕ ਕੇ ਜਾਣਾ ਹੈ ਤੇ ਸਰਕਾਰ ਦੀਆਂ ਡਿਸਟੈਂਸ ਬਣਾਈ ਰੱਖਣਾ। इस संबंधी न्यूडल अफसर राज दविंदर सिंह का कहना है कि श्रद्धालुओं का समय समय से चेकअप किया जाएगा और क्वारंटाइन घर ही किया जाएगा। ਜਿਹੜੀ ਤਰ੍ਹਾਂ ਉਹ ਆਪਣੇ ਘਰਾਂ ਵਿੱਚ ਹੀ ਰਹਿਣਗੇ, ਬਾਹਰ ਨਹੀਂ ਨਿਕਲਣਗੇ, ਕਿਉਂਕਿ ਉਹਨਾਂ ਦੇ ਹਾਲਾਤ ਤੁਹਾਨੂੰ ਪਤਾ ਹੀ ਆ। ਕੋਈ ਮੈਡੀਕਲ ਚੈੱਕਅਪ ਹੋਇਆ ਉਹਨਾਂ ਦਾ? ਹਾਂ, ਮੈਡੀਕਲ ਚੈੱਕਅਪ ਉਹਨਾਂ ਦਾ ਹੋ ਗਿਆ ਜੀ। ਉਹਨਾਂ ਦਾ ਬਾਗੇ ਪਾਣੇ ਆ ਕੇ ਸਟੇ ਹੋਇਆ ਸੀ, ਉੱਥੇ ਉਹਨਾਂ ਦੇ ਸਾਰੇ ਟੈਸਟ ਹੋ ਗਏ ਨੇ, ਡਾਕਟਰ ਨੇ ਲੈਣੇ ਉਹਨਾਂ ਦੇ, ਜਿਹਨੇ ਬਲੱਡ ਸੈਂਪਲ ਲੈ ਲੈਣੇ, ਉਸ ਤੋਂ ਬਾਅਦ ਸੈਂਪਲ ਅਸੀਂ ਉਹ ਫੀਡਬੈਕ ਭੇਜਾਂਗੇ। ਉਸ ਤੋਂ ਬਾਅਦ ਉਹਨਾਂ ਨੂੰ ਫੋਨ ਕਾਲ ਉਹਨਾਂ ਨੇ ਕਰਨ ਵਾਸਤੇ ਕਿਹਾ ਵਾ ਵੀ ਇਕਾਂਤਵਾਸ ਆਪਣੇ ਘਰੇ ਰਹਿਣਗੇ ਜੀ। इस मौके श्रद्धालुओं का कहना है कि उन्होंने कोई समस्या नहीं आने दी गई, जरूरी वस्तुआं मुहैया करवाईया गई। इसके नाल ही उन्होंने महाराष्ट्र और पंजाब सरकार का धन्यवाद करते हुए कहा कि वह घर च ही बैठन के सरकार के नियमों की पालना करेंगे। ਅਸੀਂ ਹਜੂਰ ਸਾਹਿਬ ਸ੍ਰੀ ਹਜੂਰ ਸਾਹਿਬ ਤੋਂ ਚੱਲੇ ਸੀਗੇ ਜੀ, ਫਾਈਨਲ ਹੋ ਗਏ ਸਾਨੂੰ ਚੱਲਿਆਂ ਨੂੰ ਜੀ। ਸਾਨੂੰ ਉੱਥੇ ਵੀ ਕੋਈ ਪਰੇਸ਼ਾਨੀ ਨਹੀਂ ਆਈ, ਗੁਰਦੁਆਰਾ ਸਾਹਿਬ ਦੇ ਮੈਨੇਜਮੈਂਟ ਨੇ ਬਹੁਤ ਵਧੀਆ ਸਾਡੀ ਫੈਸਿਲਿਟੀਆਂ ਵੀ ਦਿੱਤੀਆਂ, ਰੂਮ ਰੋਟੀ ਪਾਣੀ ਦਾ ਸਾਰਾ ਕੁਛ ਵਧੀਆ ਦਿੱਤਾ ਜੀ ਸਾਨੂੰ ਉਹਨਾਂ ਨੇ। ਰਸਤੇ ਦੇ ਵਿੱਚ ਵੀ ਉਹਨਾਂ ਨੇ ਸਾਡੀਆਂ ਮਤਲਬ ਰੋਟੀ ਦਾ ਪੂਰਾ ਇੰਤਜ਼ਾਮ ਕੀਤਾ ਸੀਗਾ। ਉੱਥੇ ਕੋਈ ਮੈਡੀਕਲ ਚੈੱਕਅਪ ਵਗੈਰਾ ਹੋਇਆ ਤੁਹਾਡਾ? ਹਾਂਜੀ, ਉੱਥੇ ਵੀ ਚੈੱਕਅਪ ਹੋਇਆ ਸੀਗਾ ਜੀ। ਫਿਰ ਆਉਂਦੀ ਵਾਰ ਡੱਬ ਵਾਲੀ ਹੋਇਆ, ਉਸ ਤੋਂ ਬਾਅਦ ਫਿਰ ਹੁਣ ਆਪਣੇ ਮੋਗਾ ਡਿਸਟ੍ਰਿਕਟ ਵਿੱਚ ਬਾਘਾ ਪੁਰਾਣੇ ਦੇ ਵਿੱਚ ਵੀ ਸਿਵਲ ਹਸਪੀਟਲ ਸਾਡਾ ਸਾਰਿਆਂ ਦਾ ਚੈੱਕਅਪ ਹੋਇਆ। ਅਸੀਂ ਜੀ ਹਜ਼ੂਰ ਸਾਹਿਬ ਤੋਂ ਆਏ ਹਾਂ। ਹਾਂਜੀ, ਅਸੀਂ 16 ਤਰੀਕ ਨੂੰ ਗਏ ਸੀ ਜੀ, ਅਤੇ ਉੱਥੇ ਅਸੀਂ ਥੋੜ੍ਹਾ ਮਤਲਬ ਰਹਿਣਾ ਮਹੀਨਾ ਰਹੇ, ਅਤੇ ਅਸੀਂ ਉੱਥੋਂ 26 ਤਰੀਕ ਨੂੰ ਵਾਪਸ ਆ ਗਏ ਹਾਂ। ਅਤੇ ਸਾਨੂੰ ਆਪਣਾ ਮੁਲਾਜ਼ਮ ਜੋ ਵੀ ਆ ਸਾਨੂੰ ਸਰਦਾਰ ਛੱਡਣ ਆਇਆ, ਅਸੀਂ ਇਹਨਾਂ ਦਾ ਬੜਾ ਧੰਨਵਾਦੀ ਹਾਂ। ਅਸੀਂ ਆਪਣੋ ਆਪਣੀ ਘਰੀ ਪਹੁੰਚ ਗਏ ਹਾਂ ਜੀ, ਬੜਾ ਸ਼ੁਕਰਗੁਜ਼ਾਰ। ਰਸਤੇ 'ਚ ਕੋਈ ਪ੍ਰੋਬਲਮ ਤਾਂ ਨਹੀਂ? ਕੋਈ ਪ੍ਰੋਬਲਮ ਨਹੀਂ ਆਈ, ਅਸੀਂ ਬੜੇ ਇਹਨਾਂ ਦੇ ਸ਼ੁਕਰਗੁਜ਼ਾਰ। ਤੁਹਾਡਾ ਚੈੱਕਅਪ ਹੋਇਆ ਰਸਤੇ 'ਚ? ਹਾਂ, ਚੈੱਕਅਪ ਸਾਡਾ ਹੋਇਆ ਜੀ। ਅਸੀਂ ਜੀ 16 ਤਰੀਕ ਨੂੰ ਦਰਸ਼ਨ ਕਰਨ ਗਏ ਸੀ ਹਜ਼ੂਰ ਸਾਹਿਬ ਜੀ ਜੀ, 20 ਤਰੀਕ ਨੂੰ ਉੱਥੇ ਪਹੁੰਚ ਗਏ ਅਸੀਂ, ਅੱਜ 26 ਤਰੀਕ ਨੂੰ ਸਾਡੇ ਸਾਹ ਸਾਨੂੰ ਛੱਡਣ ਆਏ ਆ। ਸਰਕਾਰਾਂ ਬਹੁਤ ਧੰਨਵਾਦ ਕਰਦੇ ਜੀ। ਵਾਹਿਗੁਰੂ ਖਾਲਸਾ ਵਾਹਿਗੁਰੂ ਫਤਿਹ। ਮੋਗਾ ਤੋਂ ਚਮਕੌਰ ਸਿੰਘ ਲੋਪੋ ਦੀ ਰਿਪੋਰਟ। ਤੁਸੀਂ ਦੇਖ ਰਹੇ ਹੋ ਸਾਂਝੀ ਵੀ ਨਿਊਜ਼ ਪੋਰਟਲ।